ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਯੂਥ ਬਾਰੇ, ਜੋ ਕਿ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਹੌਲੀ ਹੌਲੀ ਆਪਣੇ ਵਿਰਸੇ ਤੋਂ, ਆਪਣੇ ਪੰਜਾਬੀ ਵਿਰਸੇ ਤੋਂ ਵਿਛੜਦੇ ਜਾ ਰਹੇ ਨੇ। ਆਓ ਕਰਦੇ ਹਾਂ ਗੱਲਬਾਤ ਅੱਜ ਦੇ ਨੌਜਵਾਨਾਂ ਦੇ ਨਾਲ ਕਿ ਉਹਨਾਂ ਨੂੰ ਪੁਰਾਣੇ ਸਮੇਂ ਵਿੱਚ ਰਸੋਈ ਵਿੱਚ ਵਰਤੇ ਜਾਣ ਵਾਲੇ ਭਾਂਡਿਆਂ ਦੇ ਬਾਰੇ ਕਿੰਨਾ ਕੁ ਪਤਾ ਹੈ ਅਤੇ ਜਾਣਦੇ ਉਹਨਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਕੀ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿਨ ਆ। ਤੁਹਾਡੇ ਕੋਲ ਇੱਕ ਸਵਾਲ ਪੁੱਛਾਂਗੀ ਜੀ, ਉਹਦਾ ਸਹੀ ਸਹੀ ਜਵਾਬ ਦੇਣਾ। ਪੁਰਾਣੇ ਭਾਂਡਿਆਂ ਦਾ ਨਾਮ ਪਤਾ? ਪੁਰਾਣੇ ਭਾਂਡੇ ਹਾਂਜੀ ਜੀ, ਕਾਫੀ ਆ। ਡੋਈ ਕਿਹਨੂੰ ਕਹਿੰਦੇ ਆ? ਡੋਈ ਜੀ ਆਪਾਂ ਨੂੰ ਉਹ ਹੁੰਦੀ ਜਿਹੜੀ ਗੋਲ ਜੀ ਕੋਲੀ ਟਾਈਪ। ਤੁਸਕ ਕਿਹਨੂੰ ਬੋਲਦੇ ਆ? ਤੁਸਾ ਜੀ ਪੰਜਾਬੀ ਥੋੜੀ ਘੱਟ ਆਉਂਦੀ। ਤੁਸਕ, ਤੁਸਕ ਕਿਹਨੂੰ ਬੋਲਦੇ ਆ? ਤੁਸਕ, ਤੁਸਕ ਜੀ ਕਰਦੇ ਬੋਲਦੇ ਹੋਣੇ। ਕੱਦੂਕਸ ਕਿਹਨੂੰ ਕਿਹਾ ਜਾਂਦਾ? ਜਿਹਦੇ ਨਾਲ ਮੂਲੀਆਂ ਛਿਲਦੇ ਆ, ਗਾਜਰ ਛਿਲਦੇ ਆ, ਮੂਲੀ ਗਾਜਰ। ਤੁਸਕ ਕਿਹਨੂੰ ਬੋਲਿਆ ਜਾਂਦਾ? ਡਾਣਾ ਕਿਹਨੂੰ ਬੋਲਿਆ ਜਾਂਦਾ ਜੀ? ਜਿਹੜਾ ਮਿੱਟੀ ਹੁੰਦਾ ਆ, ਲੰਬਾ ਆ, ਕੀ ਪੁੱਛ ਰਹੇ ਹੋ? ਦੱਸ ਦੱਸ ਰਹੀ ਹੈ, ਮਿੱਟੀ ਦਾ ਹੁੰਦਾ ਡੋਂਗਾ? ਨਹੀਂ, ਡੋਣਾ ਮਿੱਟੀ ਦਾ ਜਿਹੜਾ ਹੁੰਦਾ, ਕੋਲੀ, ਕੋਲੀ ਦਾ, ਕੋਲੀ ਟਾਈਪ। ਸੁਰਾਹੀ ਕਿਹਨੂੰ ਕਿਹਾ ਜਾਂਦਾ? ਕੋਈ ਸਵਾਲ ਪੁੱਛਾਂਗੇ ਜੀ, ਉਹਨੂੰ ਜਵਾਬ ਦੇਣਾ। ਛੰਨਾ ਕਿਹਨੂੰ ਕਹਿੰਦੇ ਨੇ? ਛੰਨਾ ਕਹਿੰਦੇ ਨੇ ਜੀ, ਜਿੱਦਾਂ ਡੋਂਗਾ ਕਿਸੇ ਬਾਟਾ ਹੁੰਦਾ, ਮੀਨਸ ਉਹਨੂੰ ਛੰਨਾ ਕਹਿੰਦੇ ਨੇ। ਬਲਟੋਹੀ ਕਿਹਨੂੰ ਕਹਿੰਦੇ ਆ? ਬਲਟੋਹੀ ਕਹਿੰਦੇ ਨੇ ਜੀ ਬਾਲਟੀ ਨੂੰ। ਤੇ ਤੁਸਕ ਕਿਹਨੂੰ ਬੋਲਦੇ ਆ? ਤੋਸਾ, ਤੁਸਕ, ਤੁਸਕ, ਤੁਸਕ। ਪੁਰਾਣੇ ਭਾਂਡਿਆਂ ਚੋਂ ਆ ਜੀ, ਡੋਈ ਕਿਹਨੂੰ ਕਿਹਾ ਜਾਂਦਾ? ਪਤਾ ਨਹੀਂ। ਪੁਰਾਣੇ ਭਾਂਡੇ ਦਾ ਨਾਮ ਪਤਾ ਜੀ? ਹਾਂਜੀ, ਥੋੜ੍ਹੇ ਬਹੁਤ। ਬਲਟੋਹੀ ਕਿਹਨੂੰ ਕਹਿੰਦੇ ਆ? ਆਈ ਡੋਂਟ ਨੋ। ਡਾਣਾ ਕਿਹਨੂੰ ਕਹਿੰਦੀ ਆ? ਡੋਣਾ ਮੈਮ ਜਿਹੜਾ ਹੁੰਦਾ ਆ, ਕੁੱਜੇ ਵਰਗਾ ਹੁੰਦਾ ਆ, ਹੈ ਨਾ, ਉਹਨੂੰ ਕਹਿੰਦੇ। ਸੁਰਾਹੀ ਕਿਹਨੂੰ ਬੋਲਦੇ ਆ? ਸੁਰਾਹੀ ਵੀ ਕੁੱਜੇ ਵਰਗੀ ਹੁੰਦੀ, ਪਰ ਉਹਦਾ ਮੂੰਹ ਪਤਲਾ ਹੁੰਦਾ ਆ। ਛੰਨਾ ਕਿਹਨੂੰ ਬੋਲਦੇ ਆ? ਛੰਨਾ ਹੁੰਦਾ, ਪਲੇਟ ਟਾਈਪ ਹੁੰਦਾ ਆ। ਛੰਨਾ, ਛੰਨਾ, ਕੋਲੇ ਵਰਗਾ ਹੁੰਦਾ ਆ, ਉਹਨੂੰ ਕਹਿੰਦੇ ਆ ਬਰਤਨ। ਬਲਟੋਹੀ ਕਿਹਨੂੰ ਕਿਹਾ ਜਾਂਦਾ? ਉਹ ਵੀ ਨਹੀਂ ਪਤਾ ਬਸ। ਸੁਰਾਹੀ ਕਿਹਨੂੰ ਕਿਹਾ ਜਾਂਦਾ? ਸੁਰਾਹੀ ਥੱਲਿਓ ਗੋਲ ਜਿਹੀ ਹੁੰਦੀ ਆ, ਘੜੇ ਵਰਗੀ, ਉੱਪਰੋਂ ਪਤਲੀ ਜਿਹੀ ਹੁੰਦੀ ਆ। ਕਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ? ਇਹ ਨਹੀਂ ਪਤਾ। ਛੰਨਾ ਕਿਹਨੂੰ ਕਿਹਾ ਜਾਂਦਾ? ਛੰਨਾ ਜਿਹਦੇ ਵਿੱਚ ਕੁਛ ਛਾਨੀ ਦਾ ਹੈ। ਕੱਦੂਕਸ ਕਿਹਨੂੰ ਬੋਲਦੇ ਆ ਜੀ? ਕੱਦੂਕਸ ਜਿਹਦੇ ਨਾਲ ਸਬਜ਼ੀਆਂ ਨੂੰ ਕੱਦੂਕਸ ਕੀਤਾ ਜਾਂਦਾ ਹੈ। ਤੁਸਕ ਕਿਹਨੂੰ ਬੋਲਦੇ ਆ? ਇਹ ਤਾਂ ਮੈਂ ਸੁਣਿਆ ਹੀ ਪਹਿਲੀ ਵਾਰ ਜੀ। ਪੁਰਾਣੇ ਭਾਂਡੇ ਦਾ ਨਾਮ ਪਤਾ ਜੀ? ਨਾ ਜੀ, ਇੰਨਾ ਨਹੀਂ ਪਤਾ ਜੀ। ਪੁਰਾਣਾ ਕਲਚਰ ਅੱਜ ਕੱਲ੍ਹ ਥੋੜ੍ਹਾ ਬਹੁਤ ਲੋਕਾਂ ਨੂੰ ਪਤਾ ਹੁੰਦਾ, ਬਹੁਤ ਟਾਵਾਂ ਟਾਵਾਂ ਬੰਦਾ ਜਿਹਨੂੰ ਅੱਜ ਕੱਲ੍ਹ ਜੀ ਪਤਾ ਆ ਪੁਰਾਣੇ ਪੰਜਾਬੀ ਕਲਚਰ ਦਾ, ਨਹੀਂ ਤਾਂ ਅੱਜ ਕੱਲ੍ਹ ਤਾਂ ਕਿਸੇ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਗਾ ਜੀ। ਬਲਟੋਹੀ ਕਿਹਨੂੰ ਕਹਿੰਦੇ ਆ? ਦੱਸ, ਇਹ ਇਹਨੂੰ ਪਤਾ ਜੀ, ਇਹਨਾਂ ਦੇ ਘਰੇ ਜਿੱਦਾਂ ਹਾਲੇ ਵੀ ਪੁਰਾਣਾ ਕਲਚਰ ਹੈਗਾ ਆ। ਬਲਟੋਹੀ ਕਿਹਨੂੰ ਕਹਿੰਦੇ ਸਰ? ਬਲਟੋਹੀ ਨਹੀਂ ਪਤਾ ਜੀ। ਬਾਲਟੀ ਨੂੰ? ਪੁਰਾਣੇ ਭਾਂਡੇ ਦਾ ਨਾਮ ਪਤਾ ਜੀ? ਹਾਂ, ਆਲਮੋਸਟ। ਤੁਸਕ ਕਿਹਨੂੰ ਬੋਲਿਆ ਜਾਂਦਾ? ਬਲਟੋਹੀ ਕਿਹਨੂੰ ਬੋਲਿਆ ਜਾਂਦਾ? ਬਲਟੋਹੀ ਜੋ ਵੱਡਾ ਸਾ ਭਾਂਡਾ ਹੁੰਦਾ ਪਿੱਤਲ ਦਾ, ਜਿਹ 'ਚ ਪਾਣੀ ਪਾਉਂਦੇ ਆ, ਗੁਰਦੁਆਰਿਆਂ 'ਚ ਦਾਲ ਵਾਸਤੇ ਬਣਾਉਂਦੇ ਆ। ਡੋਣਾ ਕਿਹਨੂੰ ਬੋਲਿਆ ਜਾਂਦਾ? ਡੋਣਾ ਗੋਲ ਜਿਹਾ ਹੁੰਦਾ, ਕੋਲੀ ਟਾਈਪਸ। ਸੁਰਾਹੀ? ਸੁਰਾਹੀ ਮਿੱਟੀ ਦਾ ਭਾਂਡਾ, ਜਿਸ 'ਚ ਪਾਣੀ ਪਾਉਂਦੇ ਆ, ਜਿਹਦੀ ਲੰਬੀ ਜਿਹੀ ਗਰਦਨ ਹੁੰਦੀ ਹੈ। ਬਲਟੋਹੀ ਕਿਹਨੂੰ ਕਹਿੰਦੇ ਆ? ਬਲਟੋਹੀ ਤਾਂ ਨਹੀਂ ਪਤਾ ਜੀ। ਟੋਕਣੀ ਵੀ ਕਿਹਾ ਜਾਂਦਾ ਉਹਨੂੰ? ਟੋਕਣੀ ਜਿਹਦੇ ਨਾਲ ਘੜਾ ਢੱਕਦੇ ਹੁੰਦੇ ਆਪਾਂ। ਸੁਰਾਹੀ ਕਿਹਨੂੰ ਕਿਹਾ ਜਾਂਦਾ? ਸੁਰਾਹੀ ਜਿਹ 'ਚ ਦੁੱਧ ਰਗੜਦੇ। ਡੋਣਾ ਕਿਹਨੂੰ ਕਿਹਾ ਜਾਂਦਾ? ਡੋਣਾ ਚਾਹ ਟੋਪੀਆ, ਜਿਹ 'ਚ ਚਾਹ ਪੈਂਦੀ ਹੁੰਦੀ ਆ। ਬਲਟੋਹੀ ਕਿਹਨੂੰ ਕਿਹਾ ਜਾਂਦਾ? ਪਤਾ ਨਹੀਂ। ਤੁਸਕ ਕਿਹਨੂੰ ਕਿਹਾ ਜਾਂਦਾ? ਨਹੀਂ ਪਤਾ। ਸੁਰਾਹੀ ਕਿਹਨੂੰ ਬੋਲਦੇ ਆ ਜੀ? ਨਹੀਂ ਪਤਾ। ਡੋਣਾ ਕਿਹਨੂੰ ਕਿਹਾ ਜਾਂਦਾ? ਪਤਾ ਨਹੀਂ। ਛੰਨਾ ਕਿਹਨੂੰ ਬੋਲਦੇ ਆ? ਲੋ ਜੀ, ਹੁਣੇ ਹੁਣੇ ਤੁਸੀਂ ਦੇਖਿਆ ਕਿ ਪੁਰਾਣੇ ਭਾਂਡਿਆਂ ਦੇ ਬਾਰੇ ਨੌਜਵਾਨਾਂ ਦੇ ਇਹ ਜਵਾਬ ਸਨ।
ਇਸ ਦੇ ਨਾਲ ਹੀ ਅਸੀਂ ਸਾਂਝਾ ਮੁੱਦਾ ਚੈਨਲ ਦੇ ਰਾਹੀਂ ਲੋਕਾਂ ਨੂੰ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ, ਹੱਸਦੇ ਰਹੋ, ਵੱਸਦੇ ਰਹੋ, ਆਪਣੀ ਮਾਂ ਬੋਲੀ ਪੰਜਾਬੀ ਅਤੇ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੁੜੇ ਰਹੋ। ਕੈਮਰਾਮੈਨ ਚਿਰਾਗ ਦੇ ਨਾਲ ਮੈਂ ਮਨਪ੍ਰੀਤ ਕੌਰ।